Earlier we did what is intro and how to write BP1 and BP2. These two styles for introduction were introduced to you. One which is commonly followed, the first one, bigger letters, and the second with your own creativity. So second style is optional. You can write if you are able to write, if you are creative, and if you can visualize what may happen or how to write effectively. In this way, we wrote BP1, body paragraph 1. Bold letters, bold words de utte focus karna hai. On the one hand, moreover, in this way, for example, as a result. ਇਸ ਤਰ੍ਹਾਂ ਆਪਾਂ BP1 ਜੋ ਹੈ ਡਿਵੈਲਪ ਕੀਤਾ ਸੀ। ਇਸ ਨੂੰ ਪਾਜ਼ ਕਰਕੇ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਹੈ। ਦਿਸ ਵਾਜ਼ BP2 ਬਾਡੀ ਪੈਰਾਗ੍ਰਾਫ 2। ਪਹਿਲੇ ਵਿੱਚ ਫਿਊਚਰ ਬਾਰੇ ਗੱਲ ਕੀਤੀ, ਸੈਕਿੰਡ ਵਿੱਚ ਪ੍ਰੈਜ਼ੈਂਟ ਬਾਰੇ ਗੱਲ ਕੀਤੀ ਕਿ ਫਿਊਚਰ ਨਾਲੋਂ ਪ੍ਰੈਜ਼ੈਂਟ ਜ਼ਿਆਦਾ ਅੱਛਾ ਹੈ, ਬਾਅਦ ਜ਼ਿਆਦਾ ਠੀਕ ਹੈ। ਸੋ ਟੁਡੇ ਵਿਲ ਡਿਸਕਸ ਅਬਾਊਟ ਕੰਕਲੂਜਨ। Very simple short conclusion. In conclusion, what we have written, first about future, then present. तो but शब्द जो है इसे लिए bold करके लिखा है कि opposing idea है, फिर अपना एक idea which present कर सकते हैं, one or two thoughts, near about 50-60 words. पहला भी दसा गया सी कि introduction and conclusion 50 words near about each, it means 100 words are covered. ਸੋ ਉਸ ਤੋਂ ਬਾਅਦ 75, 80, 85, 90 ਵਰਡਸ ਯੂ ਕੈਨ ਕੀਪ ਇਨ ਯੋਰ BP1 ਐਂਡ BP2 ਇਨ ਬੋਥ ਦਾ ਪੈਰਾਸ। ਯੂ ਕੈਨ ਫਰੇਮ ਅਪ ਟੂ 5 or 6 ਪੈਰਾਸ ਆਲਸੋ ਇਫ ਯੂ ਆਰ ਏਬਲ ਟੂ ਮੈਨੇਜ, ਇਫ ਯੂ ਆਰ ਏਬਲ ਟੂ ਕਨਵੇ ਯੋਰ ਮੈਸੇਜ ਇਫੈਕਟਿਵਲੀ ਇਨ ਦੈਟ ਵੇ, ਦੇਰ ਇਜ਼ ਨਥਿੰਗ ਰੋਂਗ ਇਨ ਦੈਟ। ਸੋ ਹਾਊ ਟੂ ਰਾਈਟ ਕੰਕਲੂਜਨ, ਇਟ ਕੈਨ ਬੀ ਸੈਡ ਦੈਟ ਫਿਊਚਰ ਇਜ਼ ਨੋਟ ਸੋ ਅਨਇੰਪੋਰਟੈਂਟ। ਪਹਿਲਾਂ ਫਿਊਚਰ ਦੀ ਗੱਲ ਕਰਦੀ, ਇਫ ਵਨ ਕੰਸੀਡਰਸ ਥੋਟਫੁਲੀ, ਕੋਮਾ ਵਿੱਚ ਰੱਖਿਆ, ਇਫ ਵਨ ਕੰਸੀਡਰਸ ਥੋਟਫੁਲੀ ਮੀਨਸ ਲਿਖ ਵੀ ਸਕਦੇ ਹਾਂ ਨਹੀਂ ਵੀ, ਦੈਟਸ ਨੋਟ ਵੈਰੀ ਇੰਪੋਰਟੈਂਟ, ਐਸ ਵਨ ਹੈਜ਼ ਟੂ ਗੋ ਐਂਡ ਲਿਵ ਇਨ ਇਟ ਵਿਦ ਅਦਰਸ, ਮੀਨਸ ਫਿਊਚਰ ਵਿੱਚ ਜਾ ਕੇ ਰਹਿਣਾ ਤਾਂ ਹੈ, ਬਟ ਫੋਰਗੈਟਿੰਗ ਵਨ ਜੁਡੀਸ਼ੀਅਸ ਐਂਡ ਗੇਲੀ ਪ੍ਰੈਜੈਂਟ, ਮੀਨਸ ਜੋ ਹੁਣ ਖੁਸ਼ ਸਮਾਂ ਹੈ ਪ੍ਰੈਜੈਂਟ, ਇਜ਼ ਵਰਥਲੈਸ ਟੂ, ਮੀਨਸ ਅਗਰ ਉਸਨੂੰ ਭੁੱਲ ਜਾਈਏ ਪ੍ਰੈਜੈਂਟ ਨੂੰ, ਫੋਰਗੈਟਿੰਗ ਵਨ ਜੁਡੀਸ਼ੀਅਸ ਐਂਡ ਗੇਲੀ ਪ੍ਰੈਜੈਂਟ ਇਜ਼ ਵਰਥਲੈਸ ਟੂ। ਸੋ ਇਨ ਯੋਰ ਓਪੀਨੀਅਨ ਮੋਰ ਯੂ ਕੈਨ ਡਿਸਕ੍ਰਾਈਬ, ਆਈ ਬਿਲੀਵ ਦੈਟ ਬੀਇੰਗ ਇਨ ਦ ਪ੍ਰੈਜੈਂਟ ਅ ਪਰਸਨ ਕੈਨ ਬੀ ਮੋਰ ਕੰਸੀਡਰੇਬਲ ਐਂਡ ਲਿਵ ਅ ਲਾਈਫ ਅਮੰਗ ਆਲ ਪਰਸੂਇੰਗ ਵਨ ਗੋਲ ਆਫ ਲਾਈਫ ਈਜ਼ਲੀ, ਮੀਨਸ ਸਭ ਵਿੱਚ ਰਹਿੰਦਾ ਹੋਇਆ ਆਪਣੇ ਕੰਮ ਚੰਗੇ ਢੰਗ ਨਾਲ ਕਰ ਸਕਦਾ ਹੈ ਅਗਰ ਉਹ ਪ੍ਰੈਜੈਂਟ ਵਿੱਚ ਰਹਿੰਦਾ ਹੈ ਤਾਂ। ਸੋ ਇਟ ਇਜ਼ ਅ ਫਰੂਟਫੁਲ ਆਈਡੀਆ ਟੂ ਚੈਰਿਸ਼ ਦ ਮੂਮੈਂਟ ਇਨ ਹੈਂਡ, ਮੀਨਸ ਜੋ ਸਮਾਂ ਹੱਥ ਵਿੱਚ ਹੈ ਪ੍ਰੈਜੈਂਟ ਹੈ ਹੁਣ ਹੈ ਉਸ ਵਿੱਚ ਰਹਿਣਾ ਜ਼ਿਆਦਾ ਅੱਛਾ ਹੈ। ਦੈਨ ਹੋਲਡਿੰਗ ਔਨ ਟੂ ਫਿਊਚਰ ਟਾਈਟਲੀ, ਬਜਾਏ ਇਸ ਦੇ ਕਿ ਫਿਊਚਰ ਵਿੱਚ, ਆਲਵੇਜ਼ ਲਿਵ ਇਨ ਫਿਊਚਰ ਫਰ ਨੋ ਵਰਥ ਵਾਈਲ ਰੀਜ਼ਨ, ਮੀਨਸ ਕੋਈ ਰੀਜ਼ਨ ਨਹੀਂ ਹੈ, ਦੇਰ ਇਜ਼ ਨੋ ਪਰਟੀਕੁਲਰ ਮੋਟਿਵ ਐਂਡ ਸਟਿਲ ਯੂ ਆਰ ਲਿਵਿੰਗ ਇਨ ਦ ਫਿਊਚਰ, ਦੈਟਸ ਨੋਟ ਅ ਗੁੱਡ ਆਈਡੀਆ। ਸੋ ਇਨ ਦਿਸ ਵੇ ਯੂ ਕੈਨ ਪ੍ਰੈਜੈਂਟ ਯੂਰ ਵਿਊਜ਼ ਇਨ ਕੰਕਲੂਜਨ, ਮਰਜਿੰਗ BP1, BP2 here in conclusion and summing up with your own thought. That's all. Thank you.